ਸਾਂਝ ਜੱਪਣਾ ਜੀ ਸਤਨਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਪਰਮ ਸਨਮਾਨਯੋਗ ਅਤੇ ਸਤਿਕਾਰਯੋਗ ਗੁਰੂ ਪਿਆਰੇ ਗੁਰੂ ਖਾਲਸਾ ਜੀ ਆਓ ਧੰਨ ਧੰਨ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ
ਮੁਬਾਰਕ ਚਰਨਾਂ ਨਾਲ ਨਿਵਾਜੀ ਹੋਈ ਇਹ ਪਾਵਨ ਧਰਤੀ ਹੈ। ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਵੀ ਇਸ ਧਰਤੀ 'ਤੇ ਬਖਸ਼ਿਸ਼ਾਂ ਕੀਤੀਆਂ, ਆਪਣੇ ਪਵਿੱਤਰ ਚਰਨਾਂ ਦੀ ਸ਼ੋਅ ਦੇ ਕੇ ਇਸ ਪਵਿੱਤਰ ਧਰਤੀ ਨੂੰ ਨਿਵਾਜਿਆ। ਖਾਲਸਾ ਜੀ, ਜਿੱਥੇ ਬੈਸਨ ਸਾਧ ਜਨ ਸੋ ਥਾਨ ਸੁਹੰਦਾ। ਗੁਰੂ ਮਹਾਰਾਜ ਦੇ ਮੁਬਾਰਕ ਚਰਨ ਜਿੱਥੇ ਪਏ ਉੱਥੇ ਤੀਰਥ ਬਣ ਗਿਆ। ਆਓ ਇਸ ਪਵਿੱਤਰ ਤੀਰਥ ਨੂੰ ਪਰਸੀਏ। ਇੱਕ ਵਾਰ ਸਾਰੀ ਸੰਗਤ ਗੁਰੂ ਪਿਆਰ ਵਿੱਚ, ਗੁਰੂ ਸ਼ਰਧਾ ਵਿੱਚ ਓਤ ਪ੍ਰੋਤ ਹੋ ਕੇ ਸ਼ਹੀਦਾਂ ਦੇ ਚਰਨਾਂ ਵਿੱਚ ਪ੍ਰਣਾਮ ਕਰੀਏ, ਜਿਨ੍ਹਾਂ ਨੇ ਆਪਣੀਆਂ ਕੀਮਤੀ ਜਾਨਾਂ ਧਰਮ ਦੀ ਖਾਤਰ, ਕੌਮ ਦੀ ਖਾਤਰ ਲੇਖੇ ਵਿੱਚ ਲਾਈਆਂ। ਇੱਕ ਵਾਰ ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਗੁਰੂ ਪਿਆਰੇ ਗੁਰੂ ਖਾਲਸਾ ਜੀ, ਆਪ ਸੰਗਤਾਂ ਨੇ ਇਤਿਹਾਸ ਨੂੰ ਕਥਾ ਦੇ ਰੂਪ ਵਿੱਚ ਸਰਵਣ ਕੀਤਾ। ਆ ਗੁਰੂ ਨਾਨਕ ਪਾਤਸ਼ਾਹ ਦਾ ਦਰਬਾਰ ਹੈ, ਜਿੱਥੇ ਕਥਾ ਕੀਰਤਨ ਅਤੇ ਢਾਡੀ ਵਾਰਾਂ, ਇਹ ਤ੍ਰਿਵੈਣੀ ਵਗਦੀ ਹੈ। ਤ੍ਰਿਵੈਣੀ ਇੱਕ ਤ੍ਰਿਵੈਣੀ ਇਲਾਹਾਬਾਦ ਹੈ। ਹਿੰਦੂ ਧਰਮ ਵਾਲੇ ਸਨਾਤਨ ਮਤ ਦੇ ਧਾਰਨੀ ਲੋਕ, ਉਹਨਾਂ ਦਾ ਵਿਸ਼ਵਾਸ ਹੈ ਜਿਹੜਾ ਬੰਦਾ ਉਸ ਤ੍ਰਿਵੈਣੀ ਵਿੱਚ ਇਸ਼ਨਾਨ ਕਰ ਲਵੇ ਉਹਨੂੰ ਸਵਰਗਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਉਹ ਗੱਲ ਕਰਦੇ ਹੈ ਮਰਨ ਤੋਂ ਬਾਅਦ ਮਿਲਣ ਵਾਲੇ ਸਵਰਗ ਦੀ। ਲੇਕਿਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ, ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿੱਚ ਜਿਹੜੀ ਤ੍ਰਿਵੈਣੀ ਵਗਦੀ ਹੈ, ਕਥਾ ਕੀਰਤਨ ਅਤੇ ਢਾਡੀ ਵਾਰਾਂ ਦੀ ਤ੍ਰਿਵੈਣੀ, ਖਾਲਸਾ ਜੀ, ਇਸ ਤ੍ਰਿਵੈਣੀ ਦੇ ਵਿੱਚੋਂ ਜਿਹੜਾ ਬੰਦਾ ਇਸ਼ਨਾਨ ਕਰ ਲੈਂਦਾ ਉਹਨੂੰ ਮਿਲਦੀ ਹੈ ਗੁਰੂ ਪਾਤਸ਼ਾਹ ਦੇ ਦਰ ਤੋਂ ਇੱਕ ਜੀਵਨ ਜਾਂਚ, ਇੱਕ ਆਰਟ ਆਫ ਲਿਵਿੰਗ। ਜਿਸ ਜੀਵਨ ਜਾਂਚ ਨੂੰ ਪਾ ਕੇ ਮਨੁੱਖ ਇਸ ਜੀਵਨ ਨੂੰ, ਇਸ ਧਰਤੀ ਨੂੰ ਸਵਰਗ ਬਣਾ ਸਕਦਾ। ਆਓ ਫਿਰ ਯਤਨ ਕਰੀਏ ਸਤਿਗੁਰੂ ਪਾਤਸ਼ਾਹ ਦੇ ਪਵਿੱਤਰ ਸਿਧਾਂਤ ਨੂੰ ਸਮਝਣ ਦਾ, ਤਾਂ ਜੋ ਸਾਡੀ ਜ਼ਿੰਦਗੀ ਆ ਜਿਹੜੀ ਉਹ ਸਵਰਗ ਬਣ ਜਾਵੇ। ਮੇਰੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਨੇ ਇਸ ਸੰਸਾਰ 'ਤੇ ਆ ਕੇ ਵੇਖਿਆ ਸੰਸਾਰ ਦੇ ਲੋਕ ਕੁਦਰਤ ਨਾਲੋਂ ਟੁੱਟ ਚੁੱਕੇ ਹੈ। ਸੰਸਾਰ ਦੇ ਲੋਕਾਂ ਦੇ ਜੀਵਨ ਵਿੱਚ ਖਾਲਸਾ ਜੀ ਬਹੁਤ ਸਾਰੀਆਂ ਗੈਰ ਕੁਦਰਤੀ ਗੱਲਾਂ ਧਰਮ ਦੇ ਨਾਂ 'ਤੇ ਧਰਮ ਦੇ ਅਖੌਤੀ ਆਗੂਆਂ ਨੇ ਤਸੋੜ ਦਿੱਤੀਆਂ। ਅਤੇ ਸੰਸਾਰ ਦੇ ਵਿੱਚ ਈਰਖਾ ਅਤੇ ਨਫ਼ਰਤ ਦੀ ਭੱਠੀ, ਮਨੁੱਖ ਮਨੁੱਖ ਦਾ ਵੈਰੀ, ਜ਼ਾਤਾਂ ਪਾਤਾਂ ਦੇ ਰੌਲੇ, ਕੱਲ ਕੀ ਅਪਰਾਧ ਹੋ ਰਿਹਾ ਸੀ, ਇਨਸਾਨੀਅਤ ਸ਼ਰਮਸਾਰ ਹੋ ਰਹੀ ਸੀ, ਮਨੁੱਖਤਾ ਦਾ ਖੂਨ ਪਾਣੀ ਦੇ ਵਾਂਗ ਵਹਾਇਆ ਜਾ ਰਿਹਾ ਸੀ ਮਜ਼ਹਬ ਦੇ ਨਾਂ 'ਤੇ, ਧਰਮ ਦੇ ਨਾਂ 'ਤੇ। ਅਤੇ ਮੇਰੇ ਸਤਿਗੁਰੂ ਮਹਾਨ ਬੈਤ, ਉਹਨਾਂ ਨੇ ਰਮਦ ਨੂੰ ਪਹਿਚਾਣਿਆ, ਰੋਗ ਨੂੰ ਪਹਿਚਾਣਿਆ, ਕਾਰਨ ਨੂੰ ਲੱਭਿਆ, ਅਤੇ ਸਤਿਗੁਰਾਂ ਨੇ ਫਿਰ ਉਹ ਦਵਾਈ ਦਿੱਤੀ ਪਵਿੱਤਰ ਬਾਣੀ ਦੇ ਰਾਹੀਂ। ਗੁਰੂ ਮਹਾਰਾਜ ਨੇ ਸੰਸਾਰ ਦੇ ਲੋਕਾਂ ਨੂੰ ਕੁਦਰਤ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ। ਸੰਸਾਰ ਦੇ ਲੋਕੋ, ਕੁਦਰਤ ਨਾਲੋਂ ਦੂਰ ਨਾ ਜਾਓ, ਕੁਦਰਤ ਦਾ ਟਾਕਰਾ ਨਾ ਕਰੋ, ਉਹ ਕੁਦਰਤ ਦੇ ਨਾਲ ਪਿਆਰ ਕਰੋ, ਕਿਉਂਕਿ ਉਹ ਕਰਤਾ, ਉਹ ਪਰਮਾਤਮਾ, ਉਹ ਅਕਾਲ ਪੁਰਖ, ਉਹ ਅੱਲਾ, ਉਹ ਰਾਮ, ਉਹ ਭਗਵਾਨ ਜਿਹਨੂੰ ਖੁਸ਼ ਕਰਨ ਦਾ ਯਤਨ ਕਰ ਰਹੇ ਹੋ, ਉਹ ਭਗਵਾਨ ਤਾਂ ਵਾਸਤਾ ਹੀ ਇਸ ਕੁਦਰਤ ਦੇ ਵਿੱਚ ਹੈ। ਅਤੇ ਮੇਰੇ ਸਤਿਗੁਰਾਂ ਨੇ ਪਵਿੱਤਰ ਬਾਣੀ ਰਾਹੀਂ ਜਿਹੜਾ ਸੰਦੇਸ਼ ਦਿੱਤਾ ਉਹ ਕੁਦਰਤ ਨੂੰ ਪਿਆਰ ਕਰਨ ਦਾ ਸੰਦੇਸ਼ ਹੈ। ਗੁਰੂ ਪਾਤਸ਼ਾਹ ਕਹਿੰਦੇ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਉਹ ਕੁਦਰਤ ਦੀਆਂ ਦਾਤਾਂ ਬੜੀਆਂ ਅਨਮੋਲ ਨੇ, ਅਤੇ ਜੇ ਇਹਨਾਂ ਦਾਤਾਂ ਨੂੰ ਨਾ ਸੰਭਾਲਿਆ ਤਾਂ ਸੰਸਾਰ ਦੇ ਲੋਕੋ ਪਛਤਾਉਣਾ ਪਏਗਾ। ਖਾਲਸਾ ਜੀ, ਗੁਰੂ ਪਾਤਸ਼ਾਹ ਦਾ ਜਿਹੜਾ
पैगाम है, गुरु पातशाह का उपदेश ऐसी नहीं कि 500 साल पहला जो उपदेश दिता वो आज पुराना हो गया। गुरु महाराज का उपदेश सच है, सच कदे पुराना नहीं हुंदा। सतगुरां दा उपदेश अज भी उन्ना ही सार्थक है। अज भी संसार दे विच ग्लोबल वार्मिंग की चेतावनी दिती जा रही है, क्योंकि मनुख कुदरत दे नाल खिलवाड़ कर रहा है। साडा पानी गंदला हो गया, साडी हवा दूषित हो गई, आ धरती मां इहनूं असीं जहरीली करी जा रहे हैं। खालसा जी अज तो 500 साल पहला मेरे सतगुरां ने कुदरत दीआं इन्हां अनमोल दातां नूं संभालण दी और इन्हां दा सत्कार करन दी तागीद कीती सी पावन बाणी राही। पावन गुरु पाणी पिता माता धरत महत दिवस रात दोए दाई दाया खेला सगल जगत। जे इन्हां दे अंतरी भावां नूं समझीए कि ना सतगुरु पातशाह कुदरत नूं प्यार करन दा संदेश दे रहे है, ऐ इंसान पावन गुरु की तरह, जिमें गुरु बिना गत नहीं, एक अखाण है गुरु बिना गत नहीं, इस तरह पानी तो बिना इस संसार ते जीवन नहीं। पानी तो बिना कोई गत नहीं किसी भी जीव की, पौन तो बिना। तो जे पौन जहरीली हो गई, पौन गंदी हो गई, तो याद रखना इस संसार ते साडा जीवन आ जिहड़ा वह असंभव हो जाएगा। तो सतगुरु ने यह उपदेश दिता पवित्र बाणी राही संसार के लोगों के इन्हों अनमोल तातों संभालीए। आओ गुरु महाराज का यह पैगाम है जोड़ा सतगुरु महाराज ने जिमें कुदरत ना प्यार कर संदेश पावन बाणी राही दिता है, उस इतिहास में आप संगतों के सन्मुख मेरे साथी भाई इंद्रजीत सिंह लखा, जगमेल सिंह मोही, सरंगी मास्टर भाई रणजीत सिंह लखा, दास भाई कमल सिंह बद्दोआ का ढाडी जत्था यूं बयान कर दे। कुदरत दे विच वसिया गुरुआ पीरा ने हाय दसिया, करता कुदरत दे विच वसिया गुरुआ पीरा ने हाय दसिया। कादर दी कुदरत दे जाइए बार बार बलिहार, दस दी बाणी सब नूं करना कुदरत नाल प्यार, दस दी बाणी सब नूं करना कुदरत नाल प्यार।
पावन गुरु ते पिता है पारी ए गल सच्ची समझ परारी हो पावन गुरु ते पिता है पारी ए गल सच्ची समझ परानी पावन गुरु ते पिता है पारी ए गल सच्ची समझ परारी पावन गुरु ते पिता है पारी ए गल सच्ची समझ परानी धरती मारी गोद च बच्चे धरती मारी गोद च बच्चे खेडण दे शुमार दसरी बाणी सब नूं करना कुदरत नाल प्यार दसरी बाणी सब नूं करना कुदरत नाल प्यार ਲੈਣਾ ਹੈ ਸੁਖੀ ਪਰਾਵ ਕੁਦਰਤ ਨਾਲ ਨਾ ਆਟਾ ਲਾਵ
ਬਸ ਜੀਵਾਰੀ ਸਭ ਨੂੰ ਕਰਨਾ ਕੁਦਰਤ ਨਾਲ ਪਿਆਰ ਬਸ ਦੀਵਾਰੀ ਸਭ ਨੂੰ ਕਰਨਾ ਕੁਦਰਤ ਨਾਲ ਪਿਆਰ ਬਸ ਦੀਵਾਰੀ ਸਭ ਨੂੰ ਕਰਨਾ ਕੁਦਰਤ ਨਾਲ ਪਿਆਰ ਖਾਲਸਾ ਜੀ ਗੁਰੂ ਮਹਾਰਾਜ ਦੀ ਪਾਵਨ ਬਾਣੀ ਦਾ ਇਹ ਪੈਗਾਮ ਸਮਝਣਾ ਜ਼ਰੂਰੀ ਹੈ ਜੇ ਇਹ ਪੈਗਾਮ ਸਮਝ ਲਿਆ ਕੁਦਰਤ ਨਾਲ ਪਿਆਰ ਕਰਨਾ ਸਿੱਖ ਗਏ ਯਾਦ ਰੱਖਣਾ ਫਿਰ ਤਾਂ ਇਸ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਸਫਲ ਨੇ ਅਤੇ ਜੇ ਗੁਰਬਾਣੀ ਦਾ ਸਿਧਾਂਤ ਹੀ ਨਾ ਸਮਝ ਸਕੇ ਕੇਵਲ ਮੱਥੇ ਟੇਕਣ ਤੱਕ ਹੀ ਸੀਮਿਤ ਰਹੇ ਯਾਦ ਰੱਖਣਾ ਫਿਰ ਸੰਸਾਰ ਦੇ ਇਤਿਹਾਸ ਵਿੱਚ ਅਸੀਂ ਕੁਝ ਵੀ ਨਹੀਂ ਖੱਟ ਸਕਾਂਗੇ ਪੈਗਾਮ ਸਮਝਣਾ ਜ਼ਰੂਰੀ ਹੈ ਸੰਦੇਸ਼ ਸਮਝਣਾ ਜ਼ਰੂਰੀ ਹੈ ਔਰ ਇਸ ਪੈਗਾਮ ਨੂੰ ਹਿਰਦੇ ਵਿੱਚ ਵਸਾਉਣਾ ਜ਼ਰੂਰੀ ਹੈ ਆਓ ਮੇਰੇ ਸਤਿਗੁਰਾਂ ਨੇ ਕੁਦਰਤ ਦੇ ਪਿਆਰ ਵਿੱਚ ਕੁਰਬਾਨੀਆਂ ਦਿੱਤੀਆਂ ਸਿੱਖ ਧਰਮ ਇਹਦਾ ਇੱਕ ਇੱਕ ਹਰਫ ਇੱਕ ਇੱਕ ਸਿਧਾਂਤ